ਔਰ ਕਬੱਡੀ ਖੇਡਦਾ ਮੁੰਡਾ ਸੋਹਣਾ ਲੱਗਦਾ, ਤੁਰਿਆ ਜਾਂਦਾ ਵੀ ਸੋਹਣਾ ਲੱਗਦਾ ਜਵਾਨਾ। ਪੱਟਾਂ ਦੀ ਤਿਆਰੀ ਵੇਖੋ, ਦਸਵੀਂ ਡਾਲੇ ਆ, ਚਾਲੀ ਹੁੱਕ, ਹਾਂਜੀ ਹੁੱਕ ਦੀਆਂ ਗੱਲਾਂ ਹੋਣੀਆਂ। ਹਾਂ ਆ ਗਿਆ ਪਾਕਿਸਤਾਨ ਦਾ ਬੱਬਰ, ਆ ਛੇੜਾਂ ਦੇ ਭੇੜ ਵੇਖ ਲਓ, ਅੱਜ ਥਾਂ ਥਾਂ ਦੇ ਖੇਡ ਮੈਦਾਨ ਦੇ ਵਿੱਚ ਆ ਭੱਜੇ ਛੇੜ ਵੇਖ ਲਓ, ਬੱਬਰ ਛੇੜ ਵੇਖ ਲਓ, ਇਹਨੂੰ ਕਹਿੰਦੇ ਛੇੜਾਂ ਦੇ ਝੁੰਡ ਨਹੀਂ ਹੁੰਦੇ, ਹੰਸਾਂ ਦੀਆਂ ਦਾਲਾਂ ਨਹੀਂ ਹੁੰਦੀਆਂ ਤੇ ਲਾਲਾਂ ਦੀਆਂ ਖਾਣਾ ਨਹੀਂ ਹੁੰਦੀਆਂ। ਤੈਨੂੰ ਸੱਦਿਆ ਚੇਤੇ ਤੌਰ ਤੇ ਬਾਈ, ਹਾਂ ਹਾਂ ਬੱਲੇ 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 ਆ ਜੱਸਿਆ ਕਬੱਡੀ ਬੱਲੇ, ਇਹਨਾਂ ਰੇਡਾਂ ਵੀ ਪਾਉਣੀਆਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਰੇਡਾਂ ਵੀ ਪਾਉਣੀਆਂ ਪੈਣੀਆਂ, ਜੱਫੇ ਵੀ ਲਾਉਣੇ ਪੈਣੇ। ਕੌਰ ਇਹ ਹੁਣ ਗੱਲ ਕਰ ਸੁਖੀ ਗੁਜਰੇ ਨਾਲ, ਕਹਿੰਦਾ ਮੰਗੀ ਮਾਲ ਦੀਆਂ ਗੱਲਾਂ ਹੋਣੀਆਂ ਤੇ 3 ਵਜੇ ਆਹ ਕੰਗ ਦੀਆਂ ਗੱਲਾਂ ਹੋਣੀਆਂ। ਬੱਲਰ ਬੱਲੇ ਤੇਰੇ ਮੱਲੀ ਸਾਹਿਬ ਕੀ ਹਾਲ ਚਾਲ ਨੂੰ ਬਣਾ ਨਹੀਂ ਪਈ, ਬਲਜੀਤ ਮੱਲੀ ਦਾ ਲੀਨ ਆ ਸਾਹਮਣੇ, ਹਰ ਸਾਲ ਬਹੁਤ ਵੱਡਾ ਮੇਲਾ ਕਰਾਉਂਦੇ। ਵੈਲਕਮ ਜੀ ਆਇਆਂ ਨੂੰ, ਬਹੁਤ ਸਾਰਾ ਸਵਾਗਤ ਹੈ ਤੁਹਾਡਾ, ਬਹੁਤ ਸਾਰਾ ਸਵਾਗਤ ਹੈ ਆ ਧਰਮੀ ਲਾਲ ਦਾ ਸੁੱਚਾ ਮੇਰੇ ਸਾਹਮਣੇ ਨਹੀਂ ਦਿੱਤੇ ਆ ਇਹ ਜਿਹੜੇ ਤੁਹਾਨੂੰ ਵੀ ਦਿੱਤੇ ਆ ਵੀ ਮਿਲਿਆ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਪਹਿਲਾ ਇਨਾਮ ਉਹਦੇ ਸਾਹਮਣੇ ਭੁੱਲਰ ਦੀ ਕਬੱਡੀ ਆ ਹਾਂ ਆਰਾਮ ਨਾਲ ਪੁੱਤਰਾ ਆਰਾਮ ਨਾਲ ਹੌਸਲੇ ਨਾਲ ਸਾਹਮਣੇ ਕਬੱਡੀ ਪਈ ਹੈ ਜੱਫਾ ਪਣਤਾ 80 ਪਾਉਂਡ ਦਾ ਹੀ ਇਸ਼ਾਰਾ ਕਰਦਾ ਮੈਨੂੰ ਬਿੱਲਾ ਗਿੱਲ ਵੀ ਕੋਠੜ ਸਾਹਿਬ ਜੱਫਿਆਂ ਦੀ ਰਕਮ ਜਿਹੜੀ ਆ ਵੱਧ ਸਕਦੀ ਆ ਘੱਟ ਨਹੀਂ ਸਕਦੀ ਅਤੇ ਹੁਣ ਪਾਲੇ ਨੇ ਡਡਵਿੰਡੀ ਵਾਲੇ ਨੇ 80 ਪਾਉਂਡ ਆਪਣੇ ਖਾਤੇ 'ਚ ਲਿਖਾ ਲਏ ਆ ਬਿੱਲਾ ਗਿੱਲ ਗਿੱਲ ਸਾਹਿਬ ਆਇਓ ਹਾਂ ਜਰਾ ਪਾਉਂਡ ਹਾਂ ਹਾਂ ਜਿੰਦਰ ਦੇਸੀ ਸਕੈਪ ਫੋਲਡਿੰਗ 80 ਪਾਉਂਡ ਪਾਲਿਆ ਤੇਰੇ ਮੇਰੇ ਕੋਲ ਆ ਗਏ ਬਈ ਐਮ ਜੀ ਸਕਿੱਪ ਮੈਨੇਜਿੰਗ ਡਾਇਰੈਕਟਰ ਬਲਵਿੰਦਰ ਸਿੰਘ ਗਿੱਲ ਬਿੱਲਾ ਗਿੱਲ ਦੀਨੇਵਾਲ ਔਰ ਸਾਹਮਣੇ 80 ਪਾਉਂਡ ਇਹ ਤੇਰੇ ਆ ਗਏ ਮੇਰੇ ਕੋਲ ਪਾਲੇ ਡਡਵਿੰਡੀ ਵਾਲਿਆ ਪਾਲਾ ਡਡਵਿੰਡੀ ਕਹਿੰਦਾ ਆ ਗਈ ਜਾਜ ਫਰੂਖ ਨੂੰ ਜੱਫਾ ਆਹਾ ਆ ਫੜਿਓ ਬਈ ਜਵਾਨੋ ਬੱਲੇ ਕਮਿਊਨਿਟੀ ਦੀਆਂ ਗੱਲਾਂ ਹੁੰਦੀਆਂ ਸਿੱਖ ਟੈਂਪਲ ਦੀਆਂ ਗੱਲਾਂ ਹੁੰਦੀਆਂ ਔਰ ਜੱਸੇ ਦੀਆਂ ਗੱਲਾਂ ਉੱਧਰ ਬੱਲੇ ਗੁਜਰ ਸਜਾਦ ਗੁਜਰ ਕੌਰ ਗੁਜਰ ਦੀਆਂ ਗੱਲਾਂ ਸੁੱਖੀ ਦੀਆਂ ਗੱਲ ਅੱਗੋ ਹੱਟ ਹੁਣ ਰਾਹ ਦੇ ਜਰਾ ਰਾਹ ਦੇ ਇੱਕੋ ਜਿਹੇ ਕੱਛਿਆਂ ਦੇ ਰੰਗ ਆ ਰੰਗਾਂ ਦੀ ਗੱਲ ਦੁਨੀਆਂ ਦੇ ਵਿੱਚ ਰੰਗਾਂ ਦੀ ਗੱਲ ਹੈ ਔਰ ਕਮਿਊਨਿਟੀ ਦਾ ਨਹੀਂ ਬਰਮਿੰਗਮ ਅਤੇ ਹੇਜ ਦੀਆਂ ਟੀਮਾਂ ਨੂੰ ਬੇਨਤੀ ਆ ਬਈ 2 ਮਿੰਟ ਦਾ ਸਮਾਂ ਰਹਿੰਦਾ ਬਰਮਿੰਗਮ ਅਤੇ ਹੇਜ ਸਾਡੇ ਪ੍ਰਭਜੋਤ ਸਿੰਘ ਜੀ ਬਿੱਟੂ ਮੋਹਿਤ ਸਾਹਿਬ ਬੜੇ ਸ਼ਾਂਤ ਚਿੱਤ ਹੋ ਕੇ ਬਾਲਾ ਜੀ ਔਰ ਬਿੱਲਾ ਗਿੱਲ ਜੀ ਬੜੇ ਮਾਣ ਕਰਦੇ ਨੇ ਔਰ ਮੇਰਾ ਵੀਰ ਰਣਜੀਤ ਹੈ ਜਿੰਦਰ ਹੋਣੀ ਸਾਰੇ ਬਹੁਤ ਪਿਆਰ ਮੱਲੀ ਸਾਹਿਬ ਕਹਿੰਦੇ ਆ ਬਈ ਸਾਡੇ ਸਾਊਥ ਹਾਲ ਦੀ ਸ਼ਾਨ ਹੈ ਪ੍ਰਭਜੋਤ ਸਿੰਘ ਜੀ ਬਿੱਟੂ ਮੋਹਿਤ ਸਾਹਿਬ ਆਹ 80 ਪਾਉਂਡ ਮੇਰੇ ਕੋਲ ਆ ਗਿਆ ਆਹ ਜੱਫਾ ਜਿਹੜਾ ਹੁਣ ਕਿੰਨੇ ਲਾਇਆ ਸੀ ਪਾਲੇ ਤੇਰੇ ਮੇਰੇ ਕੋਲ ਆ ਗਿਆ ਉਹ ਮੈਂ ਪੰਡਿਤ ਨੂੰ ਦੇਤੇ ਸੀ ਉਹ ਮੈਂ ਪੰਡਿਤ ਨੂੰ ਦੇਤੇ ਤੇਰੇ ਮੇਰੇ ਕੋਲ ਆ ਗਏ ਹਿਸਾਬ ਬਰਾਬਰ ਹੋ ਗਿਆ ਭੱਲੇ ਨੂੰ ਜੱਫਾ ਲਾਓ ਬਈ ਕਿਹੜਾ ਲਾਓ ਜੱਫਾ ਆਹ ਕੌਰ ਨੂੰ ਜੱਫਾ ਆਹ ਟੱਚ ਕਰਕੇ ਆ ਭੁੱਲਰ ਹਾਂ ਜਿੰਦਰ ਸਕੈਪ ਫੋਲਡਿੰਗ ਦੇਸੀ ਜਿੰਦਰ ਸਕੈਪ ਫੋਲਡਿੰਗ ਮੱਲੀ ਮਾਣ ਹੈ ਸਾਨੂੰ ਬੱਲੇ ਅੱਗੋਂ ਹਟੋ ਹੁਣ ਆਹ 80 ਮੇਰੇ ਕੋਲ ਆ ਕਹਿੰਦਾ 160 ਕਰ ਲਾ ਕੋਛੜ ਸਾਹਿਬ ਜੱਫਾ ਲਾਉਣਾ ਪਰ ਉਹ ਵੀ ਅੱਗੋਂ ਜਵਾਨਾ ਸੁੱਚਾ ਧਰਮੀਵਾਲ ਦਾ ਹੀ ਵਰਲਡ ਕੱਪ ਦੇ ਵਿੱਚ ਜੱਫੇ ਨਹੀਂ ਲੱਗੇ ਇਸ ਨੌਜਵਾਨ ਨੂੰ ਗੁਜਰ ਸੁਖੀ ਕੌਰ ਆਹਾ ਦੇਖੋ ਤਾੜਾਂ ਲੱਗਦੀਆਂ ਛੋਟਾ ਜਿਹਾ ਮੁੰਡਾ ਕਮਾਲ ਕਰੀ ਜਾਂਦਾ ਜਵਾਨੋ 47 ਤੋਂ ਬਾਅਦ 2 ਮੁਲਕ ਹੋਣ ਵਿੱਚ ਆ ਗਏ ਇੱਕ ਬਣ ਗਿਆ ਹਿੰਦੁਸਤਾਨ ਇੱਕ ਬਣ ਗਿਆ ਪਾਕਿਸਤਾਨ ਲੇਕਿਨ ਕਬੱਡੀ ਸਾਂਝੀ ਇਹਨਾਂ ਦੀ ਸਾਡਾ ਖਾਣ ਪੀਣ ਸਾਂਝਾ ਸਾਡੇ ਰਹਿਣ ਬਹਿਣ ਸਾਂਝਾ ਸਾਡੇ ਸ਼ੌਂਕ ਸਾਂਝੇ ਸਾਡੇ ਰੀਤੀ ਰਿਵਾਜ ਸਾਂਝੇ ਸਾਡੀਆਂ ਖੇਡਾਂ ਸਾਂਝੀਆਂ ਫਰੂਖ ਦੀ ਕਬੱਡੀ ਪਾਲਾ ਡਡਵਿੰਡੀ ਵਾਲਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਨੰਬਰ ਫਾਰੂਖ ਪਰਸੋਂ ਬੜੇ ਪਿਆਰ ਦੇ ਨਾਲ 6 ਵਜੇ ਫਲਾਈਟ ਲੱਗੀ ਹੈ ਜਵਾਨੋ ਬਰਮਿੰਗਮ ਅਤੇ ਨਾਲ ਹੀ ਟੈਲੀਫੋਨ 'ਤੇ ਪਾ ਮੇਰਾ ਵੀਰ ਔਲਖ ਲੈਣ ਆ ਗਿਆ ਮਾਣ ਹੈ ਸਾਨੂੰ ਇਹਨਾਂ ਵੀਰਾਂ ਉੱਪਰ ਜਿਹੜੇ ਇੱਥੇ ਸੱਦ ਕੇ ਬੁਲਾਉਂਦੇ ਸਾਂਭਦੇ ਔਰ ਸਾਰਾ ਪਿਆਰ ਸਤਿਕਾਰ ਦਿੰਦੇ ਹਨ